ਪੰਜਾਬ ਪੁਲਿਸ ਦੇ ਵਿੱਚ ਨਵੇਂ ਰਿਫੋਰਮਸ ਦਾ ਐਲਾਨ। ਸੀਐਮ ਬੋਲੇ, ਯਾਰੀਆਂ ਤੇ ਰਿਸ਼ਤੇਦਾਰੀਆਂ ਤੋਂ ਉੱਤੇ ਚੁੱਕਾਂਗੇ ਪੁਲਿਸ। 10,000 ਕਰਮਚਾਰੀਆਂ ਦੇ ਕੀਤੇ ਤਬਾਦਲੇ, 10,000 ਨਵੀਆਂ ਭਰਤੀਆਂ ਦਾ ਵੀ ਐਲਾਨ। ਨਸ਼ੇ ਨਾਲ ਫੜਿਆ ਗਿਆ ਪੁਲਿਸ ਕਰਮੀ, ਤੁਰੰਤ ਹੋਵੇਗਾ ਸਸਪੈਂਡ। ਇੱਕ ਹਫ਼ਤੇ ਦੇ ਅੰਦਰ ਮੁਲਜ਼ਮ ਦੀ ਪ੍ਰਾਪਰਟੀ ਹੋਵੇਗੀ ਅਟੈਚ। ਸੀਐਮ ਮਾਨ ਬੋਲੇ, ਅਸੀਂ ਮਿਸ਼ਨ 'ਤੇ ਕੰਮ ਕਰਨਾ, ਕਮਿਸ਼ਨ 'ਤੇ ਨਹੀਂ। ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਨਵੀਂ ਵੀਡੀਓ ਆਈ ਸਾਹਮਣੇ। ਲਾਰੈਂਸ ਦੀ ਵੀਡੀਓ ਕਾਲ ਦੀ ਕਲਿੱਪ ਸਾਹਮਣੇ ਆਈ। ਪਾਕਿਸਤਾਨ ਦੇ ਸ਼ਹਿਜ਼ਾਦ ਭੱਟੀ ਨਾਂ ਦੇ ਸ਼ਖਸ ਨੇ ਇੰਸਟਾਗ੍ਰਾਮ 'ਤੇ ਪਾਈ ਵੀਡੀਓ। ਲਾਰੈਂਸ ਬਿਸ਼ਨੋਈ ਵੀਡੀਓ ਕਾਲ ਦੇ ਵਿੱਚ ਦੇ ਰਿਹਾ ਈਦ ਦੀ ਮੁਬਾਰਕਬਾਦ। ਇਸ ਵੇਲੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਲਾਰੈਂਸ ਬਿਸ਼ਨੋਈ। ਨਿਊਜ਼ 18 ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਨਵੀਂ ਵੀਡੀਓ ਦੇ ਬਹਾਨੇ ਆਪ ਨੇ ਘੇਰੀ ਬੀਜੇਪੀ। ਕਿਆ ਲਾਰੈਂਸ ਭਾਜਪਾ ਸ਼ਾਸਿਤ ਗੁਜਰਾਤ ਦੀ ਜੇਲ੍ਹ ਤੋਂ ਚਲਾ ਰਹੇ ਆਪਣਾ ਨੈਕਸਸ? ਸਾਡੇ 'ਤੇ ਸਵਾਲ ਚੁੱਕਣ ਵਾਲੇ ਸੁਨੀਲ ਜਾਖੜ ਹੁਣ ਦੇਣ ਜਵਾਬ। ਲਾਰੈਂਸ ਦੀ ਵੀਡੀਓ ਨੂੰ ਲੈ ਕੇ ਮਜੀਠੀਆ ਨੇ ਵੀ ਬੋਲਿਆ ਹਮਲਾ। ਬੋਲੇ, ਅਜੇ ਵੀ ਜੇਲ੍ਹਾਂ ਤੋਂ ਖੁੱਲ੍ਹੇਆਮ ਆਪਰੇਟ ਕਰ ਰਿਹਾ ਗੈਂਗਸਟਰ। ਜੇਲ੍ਹ ਤੋਂ ਲਾਰੈਂਸ ਦੇ ਇੰਟਰਵਿਊ ਮਾਮਲੇ ਦੀ ਜਾਂਚ ਪੂਰੀ ਨਾ ਹੋਣ ਨੂੰ ਲੈ ਕੇ ਵੀ ਘੇਰੀ ਪੰਜਾਬ ਸਰਕਾਰ। ਬਿਜਲੀ ਦੀ ਵੱਧਦੀ ਮੰਗ 'ਤੇ ਸੁਨੀਲ ਜਾਖੜ ਨੇ ਜਤਾਈ ਚਿੰਤਾ। ਕਿਆ ਵੱਧਦੀ ਡਿਮਾਂਡ ਦੇ ਨਾਲ ਗ੍ਰਿਡ ਦੇ ਫੇਲ ਹੋਣ ਦਾ ਇਹ ਖਤਰਾ? ਸਰਕਾਰ ਨੂੰ ਫਸਲੀ ਵਿਭਿੰਨਤਾ ਦਾ ਸੁਝਾਅ ਕਰਵਾਇਆ ਯਾਦ, ਰਲ ਕੇ ਹੱਲ ਕੱਢਣ ਦੀ ਕਹੀ ਗੱਲ। ਗਰਮੀ ਦੇ ਵਿੱਚ ਪੰਜਾਬ 'ਚ ਵਧੀ ਬਿਜਲੀ ਦੀ ਡਿਮਾਂਡ। ਪੰਜਾਬ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਡਿਮਾਂਡ। ਕੱਲ੍ਹ ਇੱਕ ਦਿਨ ਦੇ ਵਿੱਚ ਰਿਕਾਰਡ 15,471 ਮੈਗਾਵਾਟ ਦੀ ਡਿਮਾਂਡ। ਗਰਮੀ ਅਤੇ ਝੋਨੇ ਦੀ ਲਵਾਈ ਕਰਕੇ ਬਿਜਲੀ ਦੀ ਮੰਗ ਵਧੀ। ਹਰਿਆਣਾ ਦੇ ਫਰੀਦਾਬਾਦ ਦੇ ਵਿੱਚ ਜਾਨਲੇਵਾ ਹੋਈ ਗਰਮੀ। ਹੀਟ ਵੇਵ ਦੇ ਚੱਲਦਿਆਂ 5 ਲੋਕਾਂ ਦੀ ਮੌਤ, ਸਿਵਲ ਹਸਪਤਾਲ ਦੇ ਡਾਕਟਰ ਦੇ ਵੱਲੋਂ ਪੁਸ਼ਟੀ। ਗਰਮੀ ਦੇ ਕਾਰਨ ਚੱਕਰ ਖਾ ਕੇ ਡਿੱਗ ਗਏ ਸਨ ਮਰੀਜ਼। ਗਰਮੀ ਕਾਰਨ ਮੋਹਾਲੀ ਦੇ ਵਿੱਚ 40 ਸਾਲਾ ਸ਼ਖਸ ਦੀ ਅਚਾਨਕ ਹੋਈ ਮੌਤ। ਫੇਜ਼ 5 ਦੇ ਵਿੱਚ ਦਰਖਤ ਹੇਠਾਂ ਕੁਰਸੀ 'ਤੇ ਬੈਠਿਆ ਸੀ ਮ੍ਰਿਤਕ। ਮਰਨ ਵਾਲੀ ਦੀ ਪਹਿਚਾਣ ਨੇਪਾਲ ਦੇ ਰਹਿਣ ਵਾਲੇ ਰਾਜ ਬਹਾਦਰ ਵਜੋਂ ਹੋਈ। ਜ਼ੀਰਕਪੁਰ ਦੇ ਵਿੱਚ ਬਿਜਲੀ ਅਤੇ ਪਾਣੀ ਨਾ ਹੋਣ ਦੇ ਕਾਰਨ ਲੋਕਾਂ ਨੇ ਕੀਤਾ ਪ੍ਰਦਰਸ਼ਨ। ਸੁਸਾਇਟੀ ਦੇ ਗੇਟ ਤੋਂ ਬਾਹਰ ਆ ਕੇ ਕੀਤਾ ਧਰਨਾ ਪ੍ਰਦਰਸ਼ਨ। ਲੋਕਾਂ ਨੇ ਕਿਹਾ, ਜੇ ਚੱਲਦੀ ਰਹੀ ਕਿੱਲਤ ਤਾਂ ਕਰਾਂਗੇ ਹਾਈਵੇ ਜਾਮ। ਦਿੱਲੀ 'ਚ ਜਲ ਸੰਕਟ 'ਤੇ ਸਿਆਸਤ ਲਗਾਤਾਰ ਜਾਰੀ। ਲੋਕ ਸਭਾ ਦੇ ਵਿੱਚ ਆਪ ਸਰਕਾਰ ਦੇ ਨਾਲ ਮਿਲ ਕੇ ਚੋਣਾਂ ਲੜਨ ਵਾਲੀ ਕਾਂਗਰਸ ਖੁੱਲ੍ਹ ਕੇ ਆਈ ਸਾਹਮਣੇ। ਕਾਂਗਰਸ ਪ੍ਰਧਾਨ ਦੇਵੇਂਦਰ ਯਾਦਵ ਨੇ ਐਲਜੀ ਨੂੰ ਲਿਖੀ ਚਿੱਠੀ, ਪਾਈਪ ਲਾਈਨ ਲੀਕੇਜ 'ਤੇ ਕਾਰਵਾਈ ਦੀ ਕੀਤੀ ਮੰਗ। ਰਾਹੁਲ ਗਾਂਧੀ ਨੇ ਰਾਏਬਰੇਲੀ ਸੀਟ ਰੱਖਣ ਅਤੇ ਵਾਇਨਾਡ ਨੂੰ ਛੱਡਣ ਦੀ ਜਾਣਕਾਰੀ ਲੋਕ ਸਭਾ ਸਪੀਕਰ ਦੇ ਦਫ਼ਤਰ ਨੂੰ ਦਿੱਤੀ। ਸੀਟ ਨੂੰ ਲੈ ਕੇ ਅਧਿਕਾਰਿਤ ਐਲਾਨ ਤੋਂ ਬਾਅਦ ਰਾਹੁਲ ਨੇ ਸੌਂਪਿਆ ਪੱਤਰ। ਪ੍ਰਿਯੰਕਾ ਗਾਂਧੀ ਵਾਇਨਾਡ ਤੋਂ ਲੜਨਗੇ ਚੋਣ। ਪ੍ਰਿਯੰਕਾ ਗਾਂਧੀ ਦੀ ਚੋਣ ਲੜਨ 'ਤੇ ਪਤੀ ਰਾਬਰਟ ਵਾਡਰਾ ਦਾ ਬਿਆਨ। ਬੋਲੇ, ਸੰਸਦ ਦੇ ਵਿੱਚ ਜਾ ਕੇ ਪ੍ਰਿਯੰਕਾ ਹੋਰ ਵਧੀਆ ਤਰ੍ਹਾਂ ਸੇਵਾ ਕਰ ਸਕਣਗੇ। ਵਾਇਨਾਡ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਜਿੱਤਣਗੇ ਪ੍ਰਿਯੰਕਾ। ਨੀਟ ਪ੍ਰੀਖਿਆ ਮਾਮਲੇ ਦੇ ਵਿੱਚ NTA ਨੂੰ ਨੋਟਿਸ। ਸੁਪਰੀਮ ਕੋਰਟ ਨੇ ਕਿਹਾ, ਜੇ 0.1% ਵੀ ਪਾਈ ਗਈ ਖਾਮੀ ਤਾਂ ਸਖ਼ਤੀ ਨਾਲ ਨਜਿੱਠਾਂਗੇ। ਨੀਟ ਪ੍ਰੀਖਿਆ 'ਤੇ ਸਿਆਸਤ ਵੀ ਜਾਰੀ। ਜੰਤਰ ਮੰਤਰ 'ਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਨੇ ਕੀਤਾ ਪ੍ਰਦਰਸ਼ਨ। ਮਾਮਲੇ ਦੀ CBI ਜਾਂਚ ਦੀ ਕਰ ਰਹੇ ਨੇ ਮੰਗ। ਆਪ ਦਾ ਕੇਂਦਰ ਸਰਕਾਰ 'ਤੇ ਇਲਜ਼ਾਮ, ਪੰਜਾਬ ਦੇ ਵਿੱਚ ਮੰਡੀਕਰਨ ਨੂੰ ਖਤਮ ਕਰਨਾ ਚਾਹੁੰਦੇ ਆ ਕੇਂਦਰ ਸਰਕਾਰ। ਕਿਆ ਮੰਡੀ ਸਿਸਟਮ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚੀ? ਹਲਕਾ ਮਲੋਟ ਵਿਧਾਇਕਾਂ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤੀ ਵਰਕਰਾਂ ਦੇ ਨਾਲ ਮੀਟਿੰਗ। ਪੰਚਾਇਤੀ ਚੋਣਾਂ ਦੇ ਵਿੱਚ ਮਜ਼ਬੂਤੀ ਦੇ ਨਾਲ ਲੈ ਕੇ ਕੀਤਾ ਮੰਥਨ। ਅੱਜ ਵਿਕਰਮ ਅਜੀਠਿਆ ਤੋਂ ਨਹੀਂ ਹੋਈ ਪੁੱਛਗਿੱਛ। SIT ਨੇ ਪੁੱਛਗਿੱਛ ਕੀਤੀ ਮੁਲਤਵੀ। 2 ਕਰੋੜੀ ਡਰੱਗ ਕੇਸ ਦੇ ਵਿੱਚ ਕੀਤਾ ਸੀ ਤਲਬ। ਹਵਾਲਗੀ ਤੋਂ ਬਾਅਦ ਨਿਖਿਲ ਗੁਪਤਾ ਅਮਰੀਕਾ ਦੀ ਫੈਡਰਲ ਕੋਰਟ ਦੇ ਵਿੱਚ ਪੇਸ਼। ਖੁਦ ਨੂੰ ਬੇਕਸੂਰ ਦੱਸਿਆ। ਨਿਖਿਲ ਅਤੇ ਅੱਤਵਾਦੀ ਗੁਰਪਤਵੰਤ ਪੰਨੂ ਦੇ ਕਤਲ 'ਤੇ ਕਥਿਤ ਸਾਜਿਸ਼ ਦਾ ਇਲਜ਼ਾਮ। ਸ਼ੇਅਰ ਬਾਜ਼ਾਰ ਆਲ ਟਾਈਮ ਹਾਈ। ਸੈਂਸੈਕਸ ਨੇ ਛੋਇਆ 77,326 ਦਾ ਅੰਕੜਾ।
ਤਾਂ 23,573 ਦੇ ਪੱਧਰ ਤੱਕ ਪਹੁੰਚਿਆ ਨਿਫਟੀ। ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਦੇ ਵਿੱਚ ਮਿਲੀ ਬੰਬ ਦੀ ਧਮਕੀ। ਦਿੱਲੀ ਏਅਰਪੋਰਟ 'ਤੇ ਈਮੇਲ ਦੇ ਜ਼ਰੀਏ ਬੰਬ ਧਮਕੀ, ਦਿੱਲੀ ਪੁਲਿਸ ਨੂੰ ਛਾਣਬੀਣ ਦੇ ਵਿੱਚ ਕੁਝ ਨਹੀਂ ਮਿਲਿਆ। ਹੁਣ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਵਾਰੀਆਂ ਨੂੰ ਮਿਲੇਗਾ ਠੰਡਾ ਪਾਣੀ। ਟਰਾਂਸਪੋਰਟ ਵਿਭਾਗ ਨੇ ਇੰਤਜ਼ਾਮ ਕਰਨ ਦੇ ਦਿੱਤੇ ਨਿਰਦੇਸ਼, ਤਪਦੀ ਗਰਮੀ ਨੂੰ ਦੇਖਦਿਆਂ ਲਿਆ ਫੈਸਲਾ। ਰੇਲਵੇ ਸਟੇਸ਼ਨ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਅਲਰਟ 'ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ। ਫਿਰੋਜ਼ਪੁਰ 'ਤੇ 18 ਰੇਲਵੇ ਸਟੇਸ਼ਨਾਂ 'ਤੇ ਪੁਲਿਸ ਨੇ ਕੀਤੀ ਚੈਕਿੰਗ, 400 ਦੇ ਕਰੀਬ ਪੁਲਿਸ ਅਧਿਕਾਰੀ ਸਰਚ ਅਭਿਆਨ ਦੇ ਵਿੱਚ ਸ਼ਾਮਿਲ। ਟਾਂਡਾ ਪੁਲਿਸ ਥਾਣੇ ਦੇ ਵਿੱਚ DIG ਨੇ ਸਵੇਰੇ 7:30 ਵਜੇ ਕੀਤੀ ਰੇਡ। ਥਾਣੇ ਦੇ ਮੁਲਾਜ਼ਮ ਪਾਏ ਗਏ ਗੈਰ ਹਾਜ਼ਰ, ਸਿਰਫ਼ ਸਹਾਇਕ ਮੁਨਸ਼ੀ ਸੀ ਮੌਜੂਦ। ਟਾਂਡਾ ਦੇ SHO ਅਤੇ SI ਸਸਪੈਂਡ। ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨਰ ਨੇ ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ, ਅਧਿਕਾਰੀਆਂ ਤੋਂ ਮੰਗੀ ਕੰਮ ਦੀ ਡਿਟੇਲ। SHO ਤੋਂ ਟੈਕਨੀਕਲ ਐਂਗਲ ਅਤੇ ਇਨਵੈਸਟੀਗੇਸ਼ਨ ਨੂੰ ਲੈ ਕੇ ਕੀਤੀ ਗੱਲਬਾਤ। ਮੁੰਬਈ 'ਚ ਸੜਕ 'ਤੇ ਜਾਂਦੀ ਲੜਕੀ 'ਤੇ ਨੌਜਵਾਨ ਨੇ ਕੀਤਾ ਹਮਲਾ, ਨਟ ਬੋਲਟ ਖੋਲ੍ਹਣ ਵਾਲੀ ਵੱਡੀ ਚਾਬੀ ਦੇ ਨਾਲ ਕੀਤੇ ਕਈ ਵਾਰ, ਲੜਕੀ ਦੀ ਮੌਕੇ 'ਤੇ ਹੋਈ ਮੌਤ। ਮਹਾਰਾਸ਼ਟਰ ਦੇ ਸੋਲਾਪੁਰ ਦੇ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਪਈ ਭਾਰੀ, ਨਿਗਮ ਵੱਲੋਂ ਪੁੱਟੇ ਹੋਏ ਟੋਏ ਦੇ ਵਿੱਚ ਡਿੱਗਿਆ ਬਾਈਕ ਸਵਾਰ, ਟੋਏ ਦੇ ਵਿੱਚ ਡਿੱਗਣ ਦੇ ਨਾਲ ਬਾਈਕ ਸਵਾਰ ਜ਼ਖਮੀ। ਮਹਾਰਾਸ਼ਟਰ ਦੇ ਵਿੱਚ ਕੁੜੀ ਨੂੰ ਰੀਲ ਬਣਾਉਣੀ ਪਈ ਮਹਿੰਗੀ, ਜੋ ਉਸਦੀ ਜਾਨ ਤੱਕ ਲੈ ਗਈ। ਰੀਲ ਬਣਾਉਣ ਦੇ ਚੱਕਰ ਦੇ ਵਿੱਚ 23 ਸਾਲਾ ਕੁੜੀ ਗੱਡੀ ਬੈਕ ਕਰਦੇ ਖੜ੍ਹ ਦੇ ਵਿੱਚ ਡਿੱਗੀ, ਜਿਸਨੇ ਗੱਡੀ ਨਵੀਂ ਚਲਾਉਣੀ ਸਿੱਖੀ। ਦਿੱਲੀ ਦੇ ਗਾਂਧੀ ਨਗਰ ਇਲਾਕੇ ਦੀ ਕੱਪੜਾ ਮਾਰਕੀਟ ਦੇ ਵਿੱਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਮਾਲੀ ਨੁਕਸਾਨ। ਜਾਨੀ ਨੁਕਸਾਨ ਤੁਰਿਆ ਬਚਾਅ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਮੌਕੇ 'ਤੇ। ਆਗਰਾ ਦੇ ਫਤਿਹਾਬਾਦ ਰੋਡ 'ਤੇ ਟਰੱਕ ਦੇ ਵਿੱਚ ਪਏ ਸਮਾਨ ਨੂੰ ਲੱਗੀ ਭਿਆਨਕ ਅੱਗ, ਰਾਹਗੀਰਾਂ ਨੇ ਟਰੱਕ ਚਾਲਕ ਨੂੰ ਅੱਗ ਲੱਗਣ ਦੀ ਦਿੱਤੀ ਖਬਰ। ਡਰਾਈਵਰ ਦੀ ਸੂਝਬੂਝ ਦੇ ਨਾਲ ਵੱਡਾ ਹਾਦਸਾ ਹੁਣੋਂ ਟਲਿਆ। ਫਲੋੜ ਦੇ ਫਾਜ਼ਿਲਕਾ ਰੋਡ 'ਤੇ 3 ਦੁਕਾਨਾਂ ਨੂੰ ਅਚਾਨਕ ਲੱਗੀ ਅੱਗ, ਮੋਟਰਸਾਈਕਲ ਰਿਪੇਅਰ ਵਾਲੀ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਲੱਗੀ ਸੀ ਅੱਗ, 10 ਦੇ ਗਰੀਬ ਮੋਟਰਸਾਈਕਲ ਆਏ ਚਪੇਟ 'ਚ। ਬਟਾਲਾ 'ਚ ਅਪਾਹਿਜ ਈ ਰਿਕਸ਼ਾ ਚਾਲਕ ਦਾ ਬੇਰਹਿਮੀ ਦੇ ਨਾਲ ਕਤਲ, ਈ ਰਿਕਸ਼ਾ ਖੋਣ ਦੀ ਨੀਅਤ ਨਾਲ ਵਾਰਦਾਤ ਨੂੰ ਦਿੱਤਾ ਅੰਜਾਮ, 41 ਸਾਲ ਦੇ ਪਰਮਜੀਤ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ। ਲੁਧਿਆਣਾ ਦੇ ਆਪ ਆਗੂ ਪੁਸ਼ਪਿੰਦਰ 'ਤੇ ਕੁਝ ਲੋਕਾਂ ਨੇ ਕੀਤਾ ਹਮਲਾ, ਗੱਡੀਆਂ ਦੀ ਕੀਤੀ ਭੰਨਤੋੜ, ਆਗੂ ਪੁਸ਼ਪਿੰਦਰ ਨੇ ਕਿਸੇ ਵੀ ਰੰਜਿਸ਼ ਤੋਂ ਕੀਤਾ ਇਨਕਾਰ। ਜਲੰਧਰ 'ਚ ਦੁਕਾਨ 'ਤੇ ਚੋਰੀ ਕਰਦੇ 2 ਚੋਰ ਕਾਬੂ, ਦੁਕਾਨ ਤੋਂ ਚੁਰਾਇਆ ਨਿਊਟਰੇਲਾ ਦਾ ਬਾਕਸ, ਚੋਰ CCTV ਦੇ ਵਿੱਚ ਹੋਏ ਕੈਦ, ਦੁਕਾਨਦਾਰ ਨੇ ਮੌਕੇ 'ਤੇ ਕੀਤੇ ਕਾਬੂ, ਬਾਅਦ ਦੇ ਵਿੱਚ ਪੁਲਿਸ ਨੇ ਕੀਤਾ ਹਵਾਲੇ। ਲੁਧਿਆਣਾ ਦੇ ਪਖਵਾਲ ਦੇ ਵਿੱਚ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ਚੋਰੀ ਕਰਨ ਦੀ ਕੀਤੀ ਕੋਸ਼ਿਸ਼, CCTV ਦੇ ਵਿੱਚ ਕੈਦ ਹੋਈ ਚੋਰੀ ਦੀ ਹਰਕਤ, ਅਲਾਰਮ ਵੱਜਣ 'ਤੇ ਭੱਜੇ ਚੋਰ। ਰਾਏਕੋਟ ਦੇ ਵਿੱਚ ਚੋਰਾਂ ਨੇ ਸੁਪਰ ਸਟੋਰ ਨੂੰ ਬਣਾਇਆ ਨਿਸ਼ਾਨਾ, 5 ਲੱਖ ਦੀ ਨਕਦੀ ਅਤੇ 1 ਬਾਈਕ ਲੈ ਕੇ ਫਰਾਰ ਹੋਏ ਚੋਰ, ਰਾਤ ਸਮੇਂ ਬਾਹਰ ਡਿਨਰ 'ਤੇ ਗਿਆ ਹੋਇਆ ਸੀ ਪਰਿਵਾਰ, ਦੁਕਾਨਦਾਰ ਨੇ ਚੋਰੀ ਦੇ ਵਿੱਚ ਕਿਸੇ ਭੇਤੀ ਦਾ ਦੱਸਿਆ ਹੱਥ। ਫਰੀਦਕੋਟ ਦੇ ਵਿੱਚ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਲੁੱਟਣ ਵਾਲੇ 5 ਨੌਜਵਾਨਾਂ ਦੇ ਖਿਲਾਫ਼ ਕੇਸ ਦਰਜ, ਫਾਈਨਾਂਸ ਕੰਪਨੀ ਤੋਂ ਹੋਇਆ ਸੀ ਪੈਸਿਆਂ ਵਾਲਾ ਬੈਂਕ ਅਤੇ ਮੋਬਾਈਲ, ਪੁਲਿਸ ਨੇ 1 ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ, ਬਾਕੀ 4 ਦੀ ਭਾਲ ਜਾਰੀ। ਲੁਧਿਆਣਾ ਦੇ ਜਵੱਦੀ ਦੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਨੂੰ ਦਰੜਿਆ, ਜ਼ਬਰਦਸਤ ਟੱਕਰ ਦੇ ਦੌਰਾਨ ਖੁੱਲ੍ਹੇ ਕਾਰ ਦੇ ਏਅਰ ਬੈਗ ਸੜਕ ਕਿਨਾਰੇ ਖੜ੍ਹੇ ਵਾਹਨ ਵੀ ਆਈ ਚਪੇੜ 'ਚ, ਹਾਦਸੇ ਦੇ ਵਿੱਚ 5 ਤੋਂ 7 ਲੋਕ ਹੋਏ ਜ਼ਖਮੀ। ਸੁਲਤਾਨਪੁਰ ਲੋਧੀ ਦੇ ਵਿੱਚ ਬਾਈਕ ਅਤੇ ਐਕਟਿਵਾ ਦੇ ਵਿਚਾਲੇ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਮੌਕੇ 'ਤੇ ਹੋਈ ਮੌਤ, 3 ਗੰਭੀਰ ਜ਼ਖਮੀ, ਪਰਿਵਾਰ ਵਾਲਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਕੀਰਤਪੁਰ ਸਾਹਿਬ ਦੇ ਨੇੜੇ ਟੋਲ ਪਲਾਜ਼ਾ 'ਤੇ ਭਿਆਨਕ ਹਾਦਸਾ, ਬੇਕਾਬੂ ਟਰੱਕ ਨੇ ਟੋਲ 'ਤੇ ਖੜ੍ਹੀਆਂ 5 ਗੱਡੀਆਂ ਨੂੰ ਪਿੱਛੇ ਤੋਂ ਮਾਰੀ ਟੱਕਰ, ਹਾਦਸੇ ਦੇ ਵਿੱਚ 1 ਸ਼ਖਸ ਦੀ ਹੋਈ ਮੌਤ। ਲਾਹੌਲ ਸਪੀਤੀ ਦੇ ਗਾਜ਼ਾ ਨੇੜੇ ਅਮਰੀਕੀ ਨਾਗਰਿਕ ਦੀ ਲਾਸ਼ ਬਰਾਮਦ, TBP SDRF ਟੀਮ ਨੇ 14,800 ਫੁੱਟ ਦੀ ਉਚਾਈ 'ਤੇ ਚਲਾਈ ਚੁਣੌਤੀਪੂਰਨ ਮੁਹਿੰਮ, ਵੀਰਵਾਰ ਤੋਂ ਲਾਪਤਾ ਸੀ ਅਮਰੀਕੀ ਪੈਰਾਗਲਾਈਡਰ।
ਨਸ਼ੇ ਦੇ ਖਿਲਾਫ਼ ਪੁਲਿਸ ਦਾ ਐਕਸ਼ਨ ਜਾਰੀ। ਸਮਾਣਾ ਪੁਲਿਸ ਨੇ ਨੌਜਵਾਨ ਨੂੰ ਕਥਿਤ ਤੌਰ 'ਤੇ ਚਿੱਟੇ ਸਮੇਤ ਕੀਤਾ ਕਾਬੂ। ਨੌਜਵਾਨ 'ਤੇ ਪਹਿਲਾਂ ਵੀ 4 ਮਾਮਲੇ ਨੇ ਦਰਜ। ਨਾਭਾ 'ਚ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਛਿਕੰਜਾ। ਦੋ ਮਹਿਲਾਵਾਂ ਨੂੰ 10-10 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ। ਦੋਵੇਂ ਔਰਤਾਂ ਪਿੰਡ ਰੋਟੀ ਛੰਨਾ ਦੀਆਂ ਵਸਨੀਕ। ਦੋਵਾਂ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ। ਲੁਧਿਆਣਾ ਦੇ ਲਾਟੋਵਾਲ ਟੋਲ ਪਲਾਜ਼ਾ 'ਤੇ ਲਗਾਤਾਰ ਤੀਜੇ ਦਿਨ ਵੀ ਧਰਨਾ ਜਾਰੀ। ਟੋਲ ਦੇ ਵਧੇ ਰੇਟਾਂ ਦੇ ਖਿਲਾਫ਼ ਫ੍ਰੀ ਕਰਵਾਇਆ ਹੈ ਟੋਲ ਪਲਾਜ਼ਾ। ਕੰਪਨੀ ਨੂੰ ਹੁਣ ਤੱਕ ਹੋਇਆ 1 ਕਰੋੜ ਰੁਪਏ ਦਾ ਨੁਕਸਾਨ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਕੁਦਰਤ ਦਾ ਕਹਿਰ। ਭਾਰੀ ਮੀਂਹ ਦੇ ਕਾਰਨ ਬਾਂਦਰਦੇਵਾ ਨਿਰਜੁਲੀ ਸੈਕਸ਼ਨ ਦੇ ਨੇੜੇ ਧੱਸੀ ਸੜਕ। ਢਿੱਗਾਂ ਡਿੱਗਣ ਦੇ ਕਾਰਨ ਨੁਕਸਾਨਿਆ ਗਿਆ ਸੜਕ ਦਾ ਇੱਕ ਵੱਡਾ ਹਿੱਸਾ। ਬਠਿੰਡਾ ਦੇ ਪਿੰਡ ਪੱਲੋਂ ਦੀ ਸਵਰਗੀ ਗੁਰਬਚਨ ਸੇਵਾ ਸੁਸਾਇਟੀ ਦੇ ਵੱਲੋਂ ਪਾਣੀ ਦੀ ਬੱਚਤ ਦੇ ਲਈ ਉਪਰਾਲਾ। 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦੇਣ ਦਾ ਐਲਾਨ। ਸੁਸਾਇਟੀ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਦਿੱਤੇ ਸੀ 500 ਰੁਪਏ ਪ੍ਰਤੀ ਏਕੜ ਦਾ ਇਨਾਮ। ਮਹਾਰਾਸ਼ਟਰ ਦੇ ਵਿੱਚ ਬੀਜੇਪੀ ਆਗੂ ਪੰਕਜਾ ਮੁੰਡੇ ਦੀ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਦੁਖੀ। 4 ਸਮਰਥਕਾਂ ਨੇ ਕੀਤੀ ਖੁਦਕੁਸ਼ੀ। ਪੰਕਜਾ ਮੁੰਡੇ ਨੇ ਸਮਰਥਕਾਂ ਦੇ ਘਰ ਪਹੁੰਚ ਕੇ ਜਤਾਇਆ ਦੁੱਖ। ਹੋਏ ਭਾਵੁਕ। ਚੰਡੀਗੜ੍ਹ ਦੇ ਮੇਜਰ ਸਿਮਰਤ ਰਾਜਦੀਪ ਸਿੰਘ ਨੇ ਪੇਸ਼ ਕੀਤੀ ਮਿਸਾਲ। ਫਲਾਈਟ ਦੇ ਵਿੱਚ ਸਫ਼ਰ ਦੇ ਦੌਰਾਨ ਬਚਾਈ ਯਾਤਰੀ ਦੀ ਜਾਨ। ਇੱਕ ਯਾਤਰੀ ਨੂੰ ਮੈਡੀਕਲ ਐਮਰਜੈਂਸੀ ਦੀ ਪਈ ਸੀ ਜ਼ਰੂਰਤ। ਆਰਮੇਨੀਆ ਦੀ ਜੇਲ੍ਹ ਵਿੱਚ ਫਸੇ 12 ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ MP ਸੰਸੀਚੇਵਾਨ। ਨੌਜਵਾਨਾਂ ਨੂੰ ਵਤਨ ਵਾਪਸੀ ਦਾ ਦਵਾਇਆ ਭਰੋਸਾ। ਪੀੜਤ ਪਰਿਵਾਰਾਂ ਨੇ ਫਰਜ਼ੀ ਟਰੈਵਲ ਏਜੰਟਾਂ 'ਤੇ ਕਾਰਵਾਈ ਦੀ ਕੀਤੀ ਮੰਗ। ਦਿਲਜੀਤ ਨਵਾਂਸ਼ਹਿਰ ਦੇ ਵਿੱਚ ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨ ਦੇ ਲਈ ਪੁਲਿਸ ਨੇ ਕੀਤੀ ਸਾਈਕਲ ਰੈਲੀ। ਰੈਲੀ ਦੇ ਵਿੱਚ 500 ਨੌਜਵਾਨਾਂ ਸਮੇਤ ਬੱਚਿਆਂ ਨੇ ਵੀ ਲਿਆ ਹਿੱਸਾ। SSP ਮਹਿਤਾਬ ਸਿੰਘ ਨੇ ਰੈਲੀ ਨੂੰ ਦਿਖਾਈ ਹਰੀ ਝੰਡੀ।